मार 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 और मार मेरे नाचे दीदे खुल गए वाल शर्म नहीं आती थोनू मेरे क्यों थप्पड़ मारिया तुसी आप तक केस रखे नहीं जिन्हें दांत संभाली है तुसी उसकी बेइज्जती कर दिया फायदा की है फिर चलो मैं तेरे को समझा ना फायदा की है ਬਹਾਦਰ ਇਹਨਾਂ ਦਾ ਅਸਲ ਨਾਂ ਸੀ ਗੁਰਬਖਸ਼ ਸਿੰਘ ਬਾਬਾ ਜੀ ਕੁਰਸੀ ਤੇ ਕੌਣ ਬੈਠਾ ਹੈ ਹਿੰਦੁਸਤਾਨ ਦੇ ਤਖ਼ਤ ਤੇ ਬੈਠਾ ਉਸ ਵੇਲੇ ਦਾ ਰਾਜਾ ਫਰਕ ਸਿਆਰ ਕੀ ਨਾਂ ਸੀ ਫਰਕ ਸਿਆਰ ਬਾਬਾ ਜੀ ਛੋਟਾ ਬੱਚਾ ਕੌਣ ਹੈ ਇਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ 4 ਸਾਲ ਦੇ ਪੁੱਤਰ ਅਜੈ ਸਿੰਘ ਜਿਨ੍ਹਾਂ ਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ ਕਿ ਤੁਸੀਂ ਆਪਣਾ ਧਰਮ ਬਦਲ ਦਿਓ ਮੁਸਲਮਾਨ ਬਣ ਜਾਓ ਤੁਹਾਡੀ ਜਾਨ ਛੱਡ ਦਿਆਂਗੇ ਤੇ ਆ ਜੰਬੂਰ ਪਤਾ ਕਾਹਦੇ ਵਾਸਤੇ ਗਰਮ ਕੀਤੇ ਜਾ ਰਹੇ ਨੇ ਅੱਗ ਵਿੱਚ ਇਹਨਾਂ ਦਾ ਮਾਸ ਐ ਚੂੰਡੀਆਂ ਵੱਢ ਵੱਢ ਕੇ ਪੁੱਟਣ ਵਾਸਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਬਾਅਦ ਵਿੱਚ ਗਰਮ ਸੀਖਾਂ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਪਾਈਆਂ ਗਈਆਂ ਤੇ ਉਹਨਾਂ ਨੂੰ ਅੰਨਿਆ ਕਰ ਦਿੱਤਾ ਤੇ ਉਹ ਸਾਰਾ ਦਿਨ ਵਾਹਿਗੁਰੂ 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 ਜਪਦੇ ਰਹੇ ਆਓ ਮੈਂ ਹੁਣ ਤੁਹਾਨੂੰ ਉਧਰ ਦੂਸਰੇ ਪਾਸੇ ਲੈ ਕੇ ਚੱਲਦਾ ਬਾਬਾ ਜੀ ਉਹ ਬੰਦਾ ਕੌਣ ਹੈ ਬੇਟਾ ਇਹ ਨੇ ਸਿੱਖ ਪੰਥ ਦੀ ਸਿਰਮੌਰ ਹਸਤੀ ਭਾਈ ਕਨਈਆ ਜੀ ਰੈੱਡ ਕ੍ਰਾਸ ਦਾ ਅਸਲ ਫਾਊਂਡਰ ਨਾ ਕਿ ਫਲੋਰੈਂਸ ਨਾਈਟਿੰਗੇਲ ਇਹਨਾਂ ਨੇ ਸਾਰਾ ਜੀਵਨ ਸੇਵਾ ਦੇ ਲੇਖੇ ਵਿੱਚ ਲਾ ਦਿੱਤਾ ਫਿਰ ਉਹ ਮੁਸਲਮਾਨਾਂ ਨੂੰ ਪਾਣੀ ਕਿਉਂ ਪਿਲਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੁਕਮਾਂ ਦੇ ਨਾਲ ਉਹਨਾਂ ਨੇ ਮੁਸਲਮਾਨ ਸਿਪਾਹੀਆਂ ਦੀ ਵੀ ਸੇਵਾ ਕੀਤੀ ਤੇ ਸਿੱਖ ਸਿਪਾਹੀਆਂ ਦੀ ਵੀ ਉਹਨਾਂ ਦੇ ਜ਼ਖਮਾਂ ਉੱਤੇ ਮੱਲਮ ਪੱਟੀ ਵੀ ਕੀਤੀ ਤੇ ਉਹਨਾਂ ਨੂੰ ਪਾਣੀ ਵੀ ਪਿਆਉਂਦੇ ਰਹੇ ਸਾਰੀ ਜ਼ਿੰਦਗੀ ਇਸੇ ਸੇਵਾ ਵਿੱਚ ਲਾ ਦਿੱਤੀ ਉਹਨਾਂ ਨੇ ਆਓ ਹੁਣ ਮੈਂ ਤੁਹਾਨੂੰ ਅੱਗੇ ਸੁਣਾਉਣਾ ਇਤਿਹਾਸ ਬੇਟਾ ਇਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ 4 ਸਾਲ ਦੇ ਵਿੱਚ ਹੀ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ ਤੇ ਵਜ਼ੀਰ ਖਾਂ ਕੋਲੋਂ ਬਦਲਾ ਲਿਆ ਪੀਰ ਬੁੱਧੂ ਸ਼ਾਹ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਤੇ ਸਿੱਖ ਰਾਜ ਦੇ ਪਹਿਲੇ ਰਾਜੇ ਬਣੇ ਬਾਬਾ ਜੀ ਹਾਥੀ ਦੇ ਨਾਲ ਕਿਉਂ ਲੜਦੇ ਪਏ ਨੇ ਇਹਨਾਂ ਨੂੰ ਡਰ ਨਹੀਂ ਲੱਗਦਾ ਬੇਟਾ ਜੀ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਨੂੰ ਕਦੇ ਡਰ ਨਹੀਂ ਲੱਗਦਾ ਇਹ ਨੇ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਹਾਥੀ ਦੇ ਨਾਲ ਲੜਦੇ ਪਏ ਨੇ ਤੁਹਾਨੂੰ ਪਤਾ ਕਿਉਂ ਲੜਾਈ ਹੋਈ ਸੀ ਇਹ ਜਦੋਂ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਵਿੱਚ ਇਹ ਫੈਸਲਾ ਹੋਇਆ ਕਿ ਕਿਲੇ ਦੀ ਦੀਵਾਰ ਨੂੰ ਤੋੜਨ ਵਾਸਤੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਿਆ ਜਾਵੇ ਤਾਂ ਦੁਨੀ ਚੰਦ ਮਹੰਤ ਦੌੜ ਗਿਆ ਫਿਰ ਗੁਰੂ ਜੀ ਨੇ ਬਚਿੱਤਰ ਸਿੰਘ ਜੀ ਨੂੰ ਆਪਣੇ ਕੋਲੋਂ ਨਾਗਣੀ ਪਰਛਾ ਦਿੱਤਾ ਕਿਹਾ ਮੇਰਾ ਸ਼ੇਰ ਹਾਥੀ ਦੇ ਨਾਲ ਲੜੇਗਾ ਤੇ ਉਹਦੇ ਨਾਲ ਕੀ ਹੋਇਆ ਜਦੋਂ ਬਾਬਾ ਬਚਿੱਤਰ ਸਿੰਘ ਜੀ ਗਏ ਹਾਥੀ ਸ਼ਰਾਬ ਪੀਂਦਾ ਦੌੜਦਾ ਸਿੱਧਾ ਕਿਲੇ ਵੱਲ ਆਇਆ ਬਾਬਾ ਬਚਿੱਤਰ ਸਿੰਘ ਜੀ ਨੇ ਘੋੜੇ ਦੀ ਲਗਾਮ ਖਿੱਚੀ ਘੋੜੇ ਨੇ ਜਾ ਕੇ ਲੱਤਾਂ ਐ ਰੱਖ ਦਿੱਤੀਆਂ ਤੇ ਐ ਚੱਕਿਆ ਬਰਛਾ ਤੇ ਇਹ ਆ ਮਾਰਿਆ ਹਾਥੀ ਚੀਕਾਂ ਮਾਰਦਾ ਪਿੱਛੇ ਦੌੜ ਗਿਆ ਤੇ ਜਾਂਦੇ ਸਾਰ ਮੁਗਲ ਸਿਪਾਹੀਆਂ ਦੀਆਂ ਸਾਰੀਆਂ ਫੌਜਾਂ ਦੌੜਾ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਜੀ ਜਿੱਤ ਕੇ ਫਿਰ ਕਿਲੇ ਦੇ ਅੰਦਰ ਆਇਆ ਸਵਾਦ ਕਹਾਣੀ ਸੁਣਨ ਦਾ ਆਓ ਫਿਰ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਉੱਥੇ ਹੋਰ ਵੀ ਇਤਿਹਾਸ ਤੁਹਾਨੂੰ ਸੁਣਨ ਨੂੰ ਮਿਲੇਗਾ ਆਏਗਾ ਆਨੰਦ ਚਲੋ ਫਿਰ ਬੇਟੇ ਇਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦੀ ਮੂਰਤੀ ਆਪਾਂ ਬਾਹਰ ਵੀ ਵੇਖ ਕੇ ਆਏ ਸੀ ਤੇ ਸਾਰਾ ਇਤਿਹਾਸ ਵੀ ਤੁਹਾਨੂੰ ਸੁਣਾਇਆ ਸੀ ਹੈ ਨਾ ਇਹ ਇਸ ਟਾਈਮ ਗੁਰਦਾਸ ਨੰਗਲ ਦੀ ਗੜੀ ਉੱਤੇ ਬੈਠੇ ਹੋਏ ਨੇ ਇੱਥੋਂ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ
ਇਹਨਾਂ ਨੂੰ ਦਿੱਲੀ ਲਿਜਾ ਕੇ ਸ਼ਹੀਦ ਕੀਤਾ ਗਿਆ ਸੀ। ਆਓ ਫਿਰ ਅੱਗੇ। ਇਹ ਨੇ ਬਾਬਾ ਦੀਪ ਸਿੰਘ ਜੀ। 1704 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਬਾਰਾ ਉਚਾਰਨ ਲੱਗੇ ਨਾ, ਬਾਬਾ ਦੀਪ ਸਿੰਘ ਜੀ ਨੇ ਕਾਨੇ ਘੜ ਕੇ ਦਿੱਤੇ ਤੇ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਲਿਖਿਆ। ਠੀਕ, ਤੁਹਾਨੂੰ ਪਤਾ ਇਹਨਾਂ ਦਾ ਸੀਸ ਇਹਨਾਂ ਦੇ ਹੱਥ ਉੱਤੇ ਕਿਉਂ ਪਿਆ? ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਪੂਰ ਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਦਾ ਖੂਨ ਖੋਲ ਗਿਆ। ਉਹਨਾਂ ਨੇ ਸਿੰਘਾਂ ਨੂੰ ਇਕੱਠਾ ਕਰਨ ਵਾਸਤੇ ਵੰਗਾਰ ਦਿੱਤੀ ਕਿ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆ। ਸਾਰੇ ਸਿੰਘ ਬਾਬਾ ਜੀ ਦੀ ਵੰਗਾਰ ਸੁਣ ਕੇ ਇਕੱਠੇ ਹੋ ਗਏ ਤੇ ਤੈਮੂਰ ਸ਼ਾਹ ਦੀ ਫੌਜ ਨਾਲ ਲੜਨ ਨੂੰ ਅੱਗੇ ਤੁਰ ਪਏ। ਅੱਗੋਂ ਤੈਮੂਰ ਸ਼ਾਹ ਨੇ ਜਹਾਨ ਖਾਨ ਨੂੰ ਭੇਜਿਆ। ਉਹ ਵੀ ਬਹੁਤ ਤਗੜਾ ਲੜਾਕਾ ਸੀ। ਦੋਹਾਂ ਨੇ ਇਕੱਠੇ ਵਾਰ ਕੀਤਾ। ਬਾਬਾ ਦੀਪ ਸਿੰਘ ਜੀ ਦੇ ਖੰਡੇ ਦਾ ਵਾਰ ਉਹਨੂੰ ਦੋ ਹਿੱਸਿਆਂ ਦੇ ਵਿੱਚ ਚੀਰ ਗਿਆ ਤੇ ਦੂਜੇ ਪਾਸੇ ਜਹਾਨ ਖਾਨ ਦੀ ਕਿਰਪਾਨ ਬਾਬਾ ਦੀਪ ਸਿੰਘ ਦੇ ਸਿਰ ਦੇ ਉੱਤੇ ਘੁੰਮ ਗਈ। ਬਾਬਾ ਜੀ ਦਾ ਸਿਰ ਥੱਲੇ ਲੁੜਕਣ ਲੱਗਾ ਤੇ ਇੱਕ ਸਿੱਖ ਨੇ ਪਿੱਛੋਂ ਆਵਾਜ਼ ਦਿੱਤੀ, ਬਾਬਾ ਜੀ ਕੀ ਗੱਲ? ਤੁਸੀਂ ਤਾਂ ਬਚਨ ਕੀਤਾ ਸੀ ਕਿ ਮੈਂ ਆਪਣਾ ਸੀਸ ਹਰਿਮੰਦਰ ਸਾਹਿਬ ਜਾ ਕੇ ਟੇਕਾਂਗਾ ਤੇ ਹੁਣ? ਇਹ ਸੁਣਦੇ ਸਾਰ ਬਾਬਾ ਜੀ ਨੇ ਆਪਣਾ ਸੀਸ ਆਪਣੇ ਹੱਥ ਉੱਤੇ ਟਿਕਾਇਆ ਤੇ ਦੂਜੇ ਹੱਥ ਵਿੱਚ ਆਪਣਾ ਖੰਡਾ ਫੜ ਕੇ ਵੈਰੀਆਂ ਦੇ ਆਹੂ ਲਾਉਂਦੇ ਹੋਏ ਲੜਨ ਤੁਰ ਪਏ। ਇਹ ਦੇਖ ਕੇ ਸਾਰੀ ਮੁਗਲ ਫੌਜ ਡਰ ਕੇ ਭੱਜਣ ਲੱਗ ਪਈ ਕਿ ਇੱਥੇ ਤਾਂ ਮੁਰਦੇ ਵੀ ਲੜੀ ਜਾਂਦੇ ਨੇ, ਇਹਨਾਂ ਨਾਲ ਅਸੀਂ ਕੀ ਲੜਾਂਗੇ। ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਪਹੁੰਚ ਗਏ ਅੰਮ੍ਰਿਤਸਰ ਦੀ ਜੂਹ ਦੇ ਵਿੱਚ, ਜਿੱਥੇ ਅੱਜ ਉਹਨਾਂ ਦਾ ਸ਼ਹੀਦੀ ਅਸਥਾਨ ਬਣਿਆ ਹੋਇਆ ਤੇ ਬਾਬਾ ਦੀਪ ਸਿੰਘ ਜੀ ਨੇ ਉੱਥੋਂ ਆਪਣਾ ਸਿਰ ਵਗਾ ਕੇ ਮਾਰਿਆ ਤੇ ਜਾ ਕੇ ਸਿੱਧਾ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਟਿਕਿਆ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਬਚਨ ਪੂਰਾ ਕੀਤਾ ਕਿ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਬੱਚਿਓ, ਸਿੱਖੀ ਨੂੰ ਪਿਆਰ ਕਰਨਾ, ਸਿੱਖੀ ਨੂੰ ਸੰਭਾਲਣਾ, ਇਹੀ ਤੁਹਾਡਾ ਫਿਊਚਰ ਹੈ। ਜੇ ਤੁਸੀਂ ਗੁਰੂ ਦੇ ਨਾਲ ਪ੍ਰੀਤ ਪਾਉਣਾ ਚਾਹੁੰਦੇ ਹੋ ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸੇਧ ਲਵੋ। ਆਓ ਹੁਣ ਆਪਾਂ ਅੱਗੇ ਚੱਲੀਏ। ਬਾਬਾ ਜੀ ਨੇ ਖੋਪੜੀ ਕਿਉਂ ਲਾਤੀ? ਬੇਟਾ, ਇਹ ਨੇ ਭਾਈ ਤਾਰੂ ਸਿੰਘ ਜੀ ਜਿਹੜੇ ਸਿੱਖਾਂ ਨੂੰ ਜੰਗਲ ਦੇ ਵਿੱਚ ਜਾ ਕੇ ਰੋਟੀਆਂ ਖਵਾਉਂਦੇ ਸੀ। ਇਹ ਉਹ ਸਮਾਂ ਸੀ ਜਦੋਂ ਸਿੱਖ ਆਪਣੇ ਘਰਾਂ ਨੂੰ ਛੱਡ ਕੇ ਜੰਗਲ ਵਿੱਚ ਰਹਿੰਦੇ ਸੀ ਆਪਣੀ ਜਾਨ ਬਚਾਉਣ ਖਾਤਰ, ਤੇ ਮੁਸਲਮਾਨ ਉਹਨਾਂ ਨੂੰ ਫੜ ਫੜ ਕੇ ਤਸੀਹੇ ਦੇ ਕੇ ਮਾਰਦੇ ਸੀ ਤੇ ਭਾਈ ਸਾਹਿਬ ਉਹਨਾਂ ਨੂੰ ਜੰਗਲ ਵਿੱਚ ਰੋਟੀਆਂ ਬਣਾ ਕੇ ਲੈ ਜਾਂਦੇ ਤੇ ਖਵਾਉਂਦੇ। ਜ਼ਕਰੀਆ ਖਾਨ ਨੂੰ ਪਤਾ ਲੱਗ ਗਿਆ, ਉਹਨੇ ਭਾਈ ਸਾਹਿਬ ਨੂੰ ਬੁਲਾ ਲਿਆ ਤੇ ਭਾਈ ਸਾਹਿਬ ਨੂੰ ਕਹਿੰਦਾ ਤੁਸੀਂ ਮੁਸਲਮਾਨ ਬਣ ਜਾਓ, ਤੇ ਭਾਈ ਸਾਹਿਬ ਕਹਿੰਦੇ ਅਸੀਂ ਨਹੀਂ ਮੁਸਲਮਾਨ ਬਣਨਾ, ਤੇ ਉਹ ਕਹਿੰਦਾ ਜਿਹੜੇ ਵਾਲਾਂ ਦੀ ਪੰਡ ਨੂੰ ਤੂੰ ਸਿੱਖੀ ਮੰਨੀ ਬੈਠਾ ਨਾ, ਜੁੱਤੀਆਂ ਨਾਲ ਝਾੜ ਕੇ ਉਡਾ ਦਿਆਂਗਾ। ਭਾਈ ਤਾਰੂ ਸਿੰਘ ਵੀ ਕਹਿੰਦੇ ਜਿਹੜੀਆਂ ਜੁੱਤੀਆਂ ਤੂੰ ਮੇਰੇ ਸਿਰ ਵਿੱਚ ਮਾਰਨਾ ਚਾਹੁੰਦਾ ਨਾ, ਇਹ ਤੇਰੇ ਸਿਰ ਵਿੱਚ ਵੱਜਣਗੀਆਂ। ਸਿੱਖ ਦਾ ਤਾਂ ਸਿੱਖੀ ਸਿਰ ਕੇਸਾਂ ਸਵਾਸਾਂ ਦੇ ਨਾਲ ਹੀ ਨਿਭੇਗਾ। ਪਹਿਲਾਂ ਆ ਗਈ ਨਾਈ, ਉਹਨਾਂ ਨੇ ਉਸਤਰੇ ਦੇ ਨਾਲ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਭਾਈ ਸਾਹਿਬ ਜੀ ਦੇ ਮੂਹਰੇ ਆ ਕੇ ਉਹਨਾਂ ਨੂੰ ਲੱਗੇ ਡਰ, ਨਾਈ ਦੌੜ ਗਏ ਤੇ ਫੇਰ ਆਈ ਜੱਲਾਦ, ਉਹ ਵੀ ਡਰੀ ਜਾਣ। ਫੇਰ ਲਿਆਂਦਾ ਮੋਚੀ ਕਾਲੇ ਰੰਗ ਦਾ, ਉਹਨੇ ਆਉਂਦੇ ਸਾਰ ਲੈ ਕੇ ਰੰਬੀ ਜੇ ਉਹਨਾਂ ਦੇ ਸਿਰ ਉੱਤੇ ਫੇਰੀ ਤੇ ਨਾਲੇ ਡਰੀ ਜਾਵੇ। ਫੇਰ ਉਹਨੇ ਹਥੌੜਾ ਲੈ ਕੇ ਰੰਬੀ ਮਾਰ ਮਾਰ ਕੇ ਭਾਈ ਸਾਹਿਬ ਦੀ ਖੋਪੜੀ ਲਾ ਦਿੱਤੀ। 22 ਦਿਨ ਭਾਈ ਸਾਹਿਬ ਬਗੈਰ ਖੋਪੜੀ ਦੇ ਜਿਉਂਦੇ ਰਹੇ ਤੇ ਦੂਜੇ ਪਾਸੇ ਜ਼ਕਰੀਆ ਖਾਨ ਦਾ ਹੋ ਗਿਆ ਪਿਸ਼ਾਬ ਬੰਦ। ਉਹ ਸਾਰੇ ਜਣੇ ਕਹਿਣ ਹੁਣ ਕੀ ਕਰੀਏ। ਉਹ ਕਹਿੰਦੇ ਬਈ ਤੁਸੀਂ ਭਾਈ ਤਾਰੂ ਸਿੰਘ ਦੇ ਕੋਲ ਜਾਓ। ਭਾਈ ਤਾਰੂ ਸਿੰਘ ਨੇ ਕੋਲੋਂ ਮਾਫੀ ਮੰਗੀ। ਭਾਈ ਸਾਹਿਬ ਕਹਿੰਦੇ ਨਾ ਭਾਈ, ਤੈਨੂੰ ਕਿਹਾ ਸੀ ਨਾ ਜੁੱਤੀਆਂ ਨਾਲ ਅੱਗੇ ਲੈ ਕੇ ਜਾਊ, ਜੁੱਤੀਆਂ ਖਾ। ਉਸ ਤੋਂ ਬਾਅਦ ਭਾਈ ਸਾਹਿਬ ਦੀ ਜੁੱਤੀ ਵੱਜਦੀ ਉਹਦੇ ਸਿਰ ਵਿੱਚ, ਉਹਨੂੰ ਆ ਜਾਂਦਾ ਪਿਸ਼ਾਬ। 22 ਦਿਨ ਜੁੱਤੀਆਂ ਪੈਂਦੀਆਂ ਰਹੀਆਂ ਤਾਂ ਪਿਸ਼ਾਬ ਆਉਂਦਾ ਰਿਹਾ, ਉਹਦਾ ਸਿਰ ਪੋਲਾ ਹੋ ਗਿਆ ਤੇ ਮਰ ਗਿਆ। ਇਹ ਸੀ ਭਾਈ ਸਾਹਿਬ ਦੀ ਕੁਰਬਾਨੀ ਤੇ ਭਾਈ ਸਾਹਿਬ ਕਹਿੰਦੇ ਚੱਲ ਹੁਣ ਦਰਗਾਹ ਦੇ ਵਿੱਚ, ਮੈਂ ਵੀ ਤੇਰੇ ਪਿੱਛੇ ਪਿੱਛੇ ਆਇਆ, ਉੱਥੇ ਜਾ ਕੇ ਦੱਸੂਗਾ ਕਿ ਸਿੱਖਾਂ ਨਾਲ ਮਾੜਾ ਵਤੀਰਾ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ, ਲੱਗਿਆ ਪਤਾ? ਆਓ ਫਿਰ ਅੱਗੇ। ਬਾਬਾ ਜੀ ਨੂੰ ਆਰੀ ਦੇ ਗੱਲ ਕਿਉਂ ਚੀਰਿਆ ਗਿਆ? ਬੇਟਾ ਜੀ, ਇਹਨਾਂ ਨੂੰ ਆਰਿਆਂ ਦੇ ਨਾਲ ਇਸ ਕਰਕੇ ਚੀਰਦੇ ਪਏ ਆ ਕਿਉਂਕਿ ਇਹਨਾਂ ਨੂੰ ਵੀ ਕਿਹਾ ਗਿਆ ਸੀ ਬਾਦਸ਼ਾਹ ਔਰੰਗਜ਼ੇਬ ਨੇ ਕਿ ਤੁਸੀਂ ਮੁਸਲਮਾਨ ਬਣ ਜਾਓ। ਇਹ ਗੁਰੂ ਤੇਗ ਬਹਾਦਰ ਜੀ ਦੇ ਨਾਲ
ਦਿੱਲੀ ਗਏ ਸੀ। ਇਹਨਾਂ ਤਿੰਨਾਂ ਜਣਿਆਂ ਨੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਵੀ ਸ਼ਹਾਦਤ ਦਿੱਤੀ। ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ, ਇਹ ਤਿੰਨੇ ਸਿੱਖ ਚਾਂਦਨੀ ਚੌਂਕ ਵਿੱਚ ਬੈਠੇ ਸੀ। ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਦੇ ਨਾਲ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਤੇ ਭਾਈ ਮਤੀ ਦਾਸ ਜੀ ਨੂੰ ਦੋ ਫੱਟਿਆਂ ਦੇ ਵਿੱਚ ਬੰਦ ਕਰਕੇ ਆਰੇ ਦੇ ਨਾਲ ਚੀਰ ਦਿੱਤਾ ਤੇ ਇਹੀ ਕਹਿੰਦੇ ਬਣ ਜਾਓ ਮੁਸਲਮਾਨ। ਭਾਈ ਸਾਹਿਬ ਕਹਿੰਦੇ ਅਸੀਂ ਨਹੀਂ ਬਣਦੇ ਮੁਸਲਮਾਨ, ਅਸੀਂ ਆਪਣੇ ਗੁਰੂ ਦੇ ਸਿੱਖ ਹਾਂ, ਅਸੀਂ ਕੇਸਾਂ ਦੇ ਨਾਲ ਸਵਾਸਾਂ ਦੇ ਨਾਲ ਸਿੱਖੀ ਨੂੰ ਨਿਭਾਵਾਂਗੇ। ਉਹਨਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉਹ ਚੀਰੀ ਗਏ ਤੇ ਭਾਈ ਸਾਹਿਬ ਬਾਣੀ ਦਾ ਪਾਠ ਕਰਦੇ ਸ਼ਹੀਦ ਹੋ ਗਏ। ਬਾਬਾ ਜੀ ਇਹ ਬੱਚਿਆਂ ਨਾਲ ਕੀ ਕਰਦੇ ਪਏ ਨੇ? ਬੇਟਾ, ਇਹ ਸਿੱਖ ਪੰਥ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਪਰ ਪ੍ਰਚਾਰਿਆ ਨਹੀਂ। ਚਲੋ, ਇਸ ਮਿਊਜ਼ੀਅਮ ਦੇ ਨਾਲ ਤੁਹਾਡੇ ਦਿਲਾਂ ਦੇ ਵਿੱਚ ਇਹ ਗੱਲ ਤਾਂ ਗਈ ਕਿ ਪਤਾ ਤਾਂ ਲੱਗੇ ਸਹੀ ਇਹਨਾਂ ਬੱਚਿਆਂ ਦੇ ਨਾਲ ਕੀ ਕੀਤਾ ਜਾ ਰਿਹਾ। ਦੁੱਧ ਪੀਂਦੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ ਸੀ, ਉਹਨਾਂ ਨੂੰ ਮਨ ਬਣਾਉਣ ਲਈ ਉਹਨਾਂ ਦੀ ਗੋਦੀਆਂ ਦੇ ਵਿੱਚੋਂ ਖਿੱਚ ਲਿਆ ਤੇ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦਿਆਂ ਵੇਖ ਉਸ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਰਹੀਆਂ ਨੇ। ਉਹਨਾਂ ਦੇ ਟੋਟੇ ਕੀਤੇ ਜਾ ਰਹੇ ਨੇ, ਮਾਵਾਂ ਦੇ ਕਲਾਂ ਦੇ ਵਿੱਚ ਪਾਏ ਜਾ ਰਹੇ ਨੇ ਤੇ ਮਾਵਾਂ ਉਸ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਰਹੀਆਂ ਨੇ। ਹੇ ਸੱਚੇ ਪਾਤਸ਼ਾਹ, ਸ਼ੁਕਰ ਹੈ, ਦਿਨ ਸੁੱਖਾਂ ਦਾ ਬਤੀਤ ਕੀਤਾ ਈ ਤੇ ਰਾਤ ਉਹ ਵੀ ਸੁੱਖਾਂ ਨਾਲ ਬਤੀਤ ਕਰਾਈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਇਹ ਬੀਬੀਆਂ ਮੰਗ ਰਹੀਆਂ ਨੇ। ਆਓ ਬੇਟਾ ਜੀ, ਇਹ ਨੇ ਚਰਖੜੀਆਂ। ਇਹ ਉਸ ਵੇਲੇ ਦੀਆਂ ਸਜਾਵਾਂ ਵਿੱਚੋਂ ਇੱਕ ਸਜ਼ਾ ਸੀ, ਸਿੱਖਾਂ ਨੂੰ ਸ਼ਹੀਦ ਕਰਨ ਵਾਸਤੇ ਚਰਖੜੀਆਂ ਤੇ ਚਾੜਿਆ ਜਾਏ, ਜਿਵੇਂ ਰੰਬੀਆਂ ਨਾਲ ਖੋਪੜ ਲਾ ਦੇਣੇ, ਕਿੱਲੇ ਠੋਕ ਕੇ ਸਿਰ ਵਿੱਚ ਮਾਰ ਦੇਣਾ, ਜਾਂ ਹਾਥੀਆਂ ਦੇ ਪੈਰਾਂ ਥੱਲੇ ਮਸਲਵਾ ਦੇਣਾ, ਕੁੱਤੇ ਛੱਡ ਦੇਣੇ, ਜਾਂ ਬੰਦੇ ਨੂੰ ਜ਼ਮੀਨ ਵਿੱਚ ਦੱਬ ਕੇ ਘੋੜੇ ਉੱਪਰੋਂ ਦੌੜਾ ਦੇਣੇ। ਤੇ ਭਾਈ ਸੁਹੇਲ ਸਿੰਘ ਜੀ ਸੀ ਸਰਕਾਰੀ ਠੇਕੇਦਾਰ, ਇਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਵੀ ਬਹੁਤ ਸੀ ਤੇ ਇਹ ਉਹਨਾਂ ਦਾ ਬੇਟਾ ਸ਼ਹਾਬਾਜ਼ ਸਿੰਘ, ਉਹ ਪੜ੍ਹਦਾ ਸੀ ਕਾਜ਼ੀ ਕੋਲ ਫਾਰਸੀ। ਕਾਜ਼ੀ ਕਹਿੰਦਾ ਕਿ ਸਿੱਖ ਬੱਚਾ ਮੇਰੇ ਕੋਲ ਫਾਰਸੀ ਪੜ੍ਹੇ? ਨਾ, ਇਹਨੂੰ ਤਾਂ ਮੁਸਲਮਾਨ ਬਣਾਉਣਾ ਚਾਹੀਦਾ। ਕਾਜ਼ੀ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ, ਬੁਲਾਲਿਆ ਦਰਬਾਰ ਦੇ ਵਿੱਚ। ਉਹ ਕਹਿੰਦੇ ਇਹ ਹਜ਼ਰਤ ਮੁਹੰਮਦ ਸਾਹਿਬ ਵਾਸਤੇ ਗਲਤ ਬੋਲਦਾ ਜੇ। ਬਸ ਜ਼ਕਰੀਆ ਖਾਨ ਨੂੰ ਚੜ ਗਿਆ ਗੁੱਸਾ, ਕਹਿੰਦਾ ਇਹਨੂੰ ਮੁਸਲਮਾਨ ਬਣਾਓ। ਉਹ ਕਹੇ ਮੈਂ ਨਹੀਂ ਬਣਦਾ ਮੁਸਲਮਾਨ, ਕਹਿੰਦੇ ਇਸ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿਓ। ਚਰਖੜੀ ਦੇ ਇੱਕ ਪਾਸੇ ਭਾਈ ਸ਼ਹਾਬਾਜ਼ ਸਿੰਘ ਜੀ ਟੰਗ ਦਿੱਤਾ ਤੇ ਦੂਸਰੇ ਪਾਸੇ ਚਰਖੜੀ ਗੜੀ, ਉਹਨਾਂ ਦੀਆਂ ਹੱਡੀਆਂ ਕੜਕਦੀਆਂ ਕੜਕ ਕੜਕ ਕੜਕ, ਸਾਰੀਆਂ ਹੱਡੀਆਂ ਟੁੱਟ ਗਈਆਂ ਤੇ ਫਿਰ ਭਾਈ ਸੁਬੇਗ ਸਿੰਘ ਜੀ ਤੇ ਦੋਨੋਂ ਸਿੰਘ ਸ਼ਹੀਦ ਹੋ ਗਏ। ਪੁੱਤਰ ਜੀ, ਇਹ ਸ਼ਹੀਦੀਆਂ ਜਿਹੜੀਆਂ ਨੇ ਨਾ ਸਿਰਫ ਕੇਸਾਂ ਨੂੰ ਸੰਭਾਲਣ ਵਾਸਤੇ ਦਿੱਤੀਆਂ ਗਈਆਂ ਸੀ ਤੇ ਤੁਸੀਂ ਕਰਦੇ ਸੀ ਇਹਦੇ ਨਾਲ ਮਖੌਲ, ਇਹਦੇ ਕੇਸਾਂ ਦੇ ਨਾਲ ਤੁਸੀਂ ਆਪ ਫਿਰਦੇ ਹੋ ਰੋਡੇ ਭੋਡੇ ਹੋ ਕੇ, ਹੁਣ ਤਾਂ ਨਹੀਂ ਕਰੋਗੇ ਨਾ ਮਖੌਲ? ਹਾਂ, ਪੱਕੇ ਰਹੋ ਜਿਵੇਂ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਹਾਬਾਜ਼ ਸਿੰਘ ਜੀ। ਠੀਕ ਹੈ, ਆਓ ਫਿਰ ਅੱਗੇ। ਬੱਚਿਓ, ਇਹ ਨੇ ਬਾਬਾ ਜੀ ਇਹ ਛੋਟੇ ਛੋਟੇ ਸਾਹਿਬਜ਼ਾਦੇ, ਮੈਨੂੰ ਪਤਾ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਪਤਾ ਇਹਨਾਂ ਨੂੰ ਨੀਹਾਂ ਵਿੱਚ ਚੜ ਕੇ ਸ਼ਹੀਦ ਕੀਤਾ ਗਿਆ? ਬਾਬਾ ਜੀ ਕਿਉਂ? ਬੇਟਾ, ਸਵਾਹ ਤਾਂ ਉਹੀ ਹੈ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਤੇ ਮੁਸਲਮਾਨ ਬਣ ਜਾਓ ਤੇ ਸਾਹਿਬਜ਼ਾਦੇ ਕਹਿੰਦੇ ਮੁਸਲਮਾਨ ਅਸੀਂ ਨਹੀਂ ਬਣਨਾ, ਹਮਰੇ ਬੰਸ ਰੀਤ ਇਮ ਆਈ, ਸੀਸ ਦੀਆ ਪਰ ਧਰਮ ਨਾ ਜਾਈ, ਅਸੀਂ ਧਰਮ ਨਹੀਂ ਛੱਡਣਾ, ਸਿਰ ਦੇ ਦੇਣਾ। ਉਹਨਾਂ ਨੇ ਕਿਹਾ ਕਿ ਜੇ ਇਹਨਾਂ ਦਾ ਖੂਨ ਜ਼ਮੀਨ ਤੇ ਡਿੱਗਿਆ ਤਾਂ ਮਾੜਾ। ਚਾਨਦ ਨੇ ਸਲਾਹ ਦਿੱਤੀ ਕਿ ਵਜ਼ੀਰ ਖਾਨ ਜੀ, ਆਪਾਂ ਇਹਨਾਂ ਬੱਚਿਆਂ ਨੂੰ ਇੰਜ ਸਜ਼ਾ ਦਈਏ ਕਿ ਬੱਚਿਆਂ ਦਾ ਸਾਹ ਵੀ ਘੁੱਟ ਜਾਏ ਤੇ ਖੂਨ ਵੀ ਨਾ ਡਿੱਗੇ, ਇਹਨਾਂ ਨੂੰ ਨੀਹਾਂ ਵਿੱਚ ਚੜ ਦਿਓ। ਬੱਚਿਆਂ ਨੂੰ ਲਿਆਉਂਦਾ ਚੌਂਕ ਵਿੱਚ ਖੜਾ ਕਰ ਦਿੱਤਾ, ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਉਹਦਾ ਪਤਾ ਕਿੱਦਾਂ ਬਣਦੀਆਂ ਸੀ? ਗਾਰੇ ਨਾਲ, ਚੂਨੇ ਦੇ ਨਾਲ, ਇੱਟ ਰੱਖਣੀ ਉੱਪਰ ਮਸਾਲਾ, ਇੱਟ ਰੱਖਣੀ ਉੱਪਰ ਮਸਾਲਾ। ਬੱਚਿਆਂ ਨੇ ਵੀ ਸ਼ੁਰੂ ਕਰ ਦਿੱਤਾ ਪਾਠ, ਪਤਾ ਕਿਹੜਾ? ਜਪਜੀ ਸਾਹਿਬ ਦਾ। ਨਾਲ ਦੇ ਨਾਲ ਬੱਚਿਆਂ ਨੇ ਪਾਠ ਸ਼ੁਰੂ ਕਰ ਦਿੱਤਾ
ਉਹ ਇੱਟ ਰੱਖੀ ਜਾਣ। ਜਿਸ ਵੇਲੇ ਕੰਧ ਪਹੁੰਚੀ ਉਹਨਾਂ ਦੇ ਪੈਰਾਂ ਦੇ ਕੋਲ, ਉਹ ਵੇਖਣ ਕਿ ਕੰਧ ਤਾਂ ਸਿੱਧੀ ਬਣਨੀ ਨਹੀਂ। ਹੁਣ ਵਜ਼ੀਰ ਖਾਂ ਨੇ ਕਿਹਾ ਸੀ ਕੰਧ ਬਣਾਇਓ ਬਿਲਕੁਲ ਸਿੱਧੀ। ਉਹਨਾਂ ਨੇ ਚੱਕੀ ਤੇਸੀ ਛਿਲ ਦਿੱਤਾ ਪਿਆ। ਬੱਚੇ ਰੋਏ ਨਹੀਂ, ਕੰਧ ਫੇਰ ਛਿਲ, ਫੇਰ ਆ ਗਈ ਗੋਡਿਆਂ ਤੇ, ਤੇ ਉਹ ਵੇਖਣ ਫੇਰ ਮਾਰੀ। ਫਿਰ ਕਰਦੇ ਕਰਦੇ ਕੰਧ ਜਿਹੜੀ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਮੋਢਿਆਂ ਕੋਲ ਆ ਗਈ। ਫਿਰ ਸਾਹਿਬਜ਼ਾਦਾ ਫਤਿਹ ਸਿੰਘ ਛੋਟਾ ਸੀ ਨਾ, ਜ਼ੋਰਾਵਰ ਸਿੰਘ ਵੱਡਾ, ਉਹਦਾ ਮੂੰਹ ਲੁਕਣਾ ਸ਼ੁਰੂ ਹੋ ਗਿਆ। ਵੱਡੇ ਨੂੰ ਜਦੋਂ ਬਾਣੀ ਨਾ ਸੁਣੀ, ਉਹ ਕਹਿੰਦਾ ਵੀਰ ਮੈਂ ਪਹਿਲਾਂ ਆਇਆ ਸੀ, ਤੂੰ ਚੱਲਿਆ ਪਹਿਲਾਂ। ਕੋਈ ਗੱਲ ਨਹੀਂ, ਆਪਾਂ ਦੋਵੇਂ ਇਕੱਠੇ ਹੋ ਕੇ ਦਾਦਾ ਜੀ ਦੀ ਗੋਦੀ ਵਿੱਚ ਜਾ ਕੇ ਖੇਡਾਂਗੇ। ਕਿੱਥੇ? ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਜੀ ਦੀ ਗੋਦੀ ਵਿੱਚ ਬੈਠ ਕੇ ਖੇਡਾਂਗੇ, ਜਿਹੜੇ ਪਹਿਲਾਂ ਸ਼ਹੀਦ ਹੋ ਗਏ ਸੀ। ਕੰਧ ਕਰਦੇ ਕਰਦੇ ਹੋਰ ਉੱਚੀ ਹੋ ਗਈ, ਬੱਚੇ ਬੇਹੋਸ਼ ਹੋ ਗਏ। ਉਹਨਾਂ ਨੇ ਪਤਾ ਕੀ ਕੀਤਾ? ਬੱਚਿਆਂ ਦੀਆਂ ਗਰਦਨਾਂ ਤੇ ਮਾਰੀਆਂ ਕਿਰਪਾਨਾਂ। ਉਹ ਖਬਰ ਸੁਣ ਮਾਤਾ ਜੀ ਵੀ ਚਲੇ ਗਏ ਸੱਚ, ਬੱਚੇ ਹੋ ਗਏ ਸ਼ਹੀਦ। ਸਿੱਖੀ ਪਾਲਣੀ ਬੜੀ ਔਖੀ ਹੈ ਬੇਟਾ, ਨਿਭਾਉਣੀ ਬਹੁਤ ਔਖੀ ਹੈ। ਆਪਣੇ ਆਪ ਨੂੰ ਤਾਂ ਸਾਰੇ ਸਿੱਖ ਹੁੰਦੇ ਆ, ਪਰ ਦਾੜੀ ਮੁੱਛਾਂ ਕਟਾ ਕੇ ਫੇਰ ਕਹਿੰਦੇ ਮੈਂ ਵੀ ਸਿੱਖ ਹਾਂ ਜੀ। ਦੱਸੋ ਸਿੱਖੀ ਕਿਹੜੀ ਹੋਈ, ਕੇਸਾਂ ਦੇ ਨਾਲ ਜਾਂ ਕੇਸਾਂ ਤੋਂ ਬਗੈਰ? ਕੇਸਾਂ ਦੇ ਨਾਲ। ਬਿਲਕੁਲ, ਆਓ ਫਿਰ ਅੱਗੇ। ਬੇਟਾ ਇਹ ਨੇ ਭਾਈ ਮਨੀ ਸਿੰਘ ਜੀ। ਪਤਾ ਹੈ ਭਾਈ ਮਨੀ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ ਗਿਆ ਸੀ? ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਟੈਕਸ ਨਾ ਦੇਣ ਕਰਕੇ। ਸਿੱਖਾਂ ਨੇ ਪ੍ਰੋਗਰਾਮ ਬਣਾਇਆ ਕਿ ਦੀਵਾਲੀ ਇਸ ਵਾਰ ਅੰਮ੍ਰਿਤਸਰ ਮਨਾਉਣੀ ਹੈ। ਮੁਗਲਾਂ ਨੇ ਕਿਹਾ ਠੀਕ ਹੈ ਟੈਕਸ ਦਿਓ, ਦੀਵਾਲੀ ਮਨਾ ਲਓ। ਬਾਅਦ ਵਿੱਚ ਉਹਨਾਂ ਕਿਹਾ ਕਿ ਸਿੱਖ ਆਉਣਗੇ ਉਹਨਾਂ ਨੂੰ ਕੈਦ ਕਰਕੇ ਮਾਰ ਦਿਓ। ਭਾਈ ਸਾਹਿਬ ਨੂੰ ਲੱਗ ਗਿਆ ਪਤਾ, ਉਹਨਾਂ ਕਿਹਾ ਕਿਸੇ ਵੀ ਸਿੱਖ ਨੇ ਆਉਣਾ ਨਹੀਂ ਅੰਮ੍ਰਿਤਸਰ। ਉਹਨਾਂ ਕਿਹਾ ਤੁਸੀਂ ਟੈਕਸ ਨਹੀਂ ਦਿੱਤਾ, ਹੁਣ ਤੁਹਾਨੂੰ ਮਾਰ ਦਿਆਂਗੇ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਤਾਂ ਭਾਈ ਮਨੀ ਸਿੰਘ ਜੀ ਇੱਥੇ ਇਹ ਕਹਿ ਰਹੇ ਨੇ ਕਿ ਮੇਰੇ ਐਡੇ ਐਡੇ ਟੁਕੜੇ ਨਾ ਕਰ, ਛੋਟੇ ਛੋਟੇ ਕਰ, ਛੋਟੇ ਛੋਟੇ, ਤੇ ਸ਼ਹੀਦ ਹੋ ਗਏ। ਬੇਟਾ ਇਹ ਨੇ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਵੀ ਕਿਹਾ ਜਾਂਦਾ। 1780 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹਨਾਂ ਦੇ ਜਰਨੈਲ ਸੀ ਹਰੀ ਸਿੰਘ ਨਲਵਾ ਜੀ। ਇਹਨਾਂ ਦਾ ਰਾਜ ਪਤਾ ਕਿੱਥੋਂ ਦੀ, ਦਿੱਲੀ ਦੇ ਨੇੜਿਓਂ ਲੈ ਕੇ ਕਾਬਲ ਕੰਧਾਰ, ਉਹ ਜਮਰੌਲ ਦੇ ਕਿਲੇ ਤੱਕ ਇਹਨਾਂ ਦਾ ਰਾਜ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਇਹ ਮਿਊਜ਼ੀਅਮ ਬਣਾ ਕੇ ਪੰਥ ਦੀ ਬੜੀ ਵੱਡੀ ਸੇਵਾ ਕਰ ਰਹੇ ਹੋ, ਤੁਸੀਂ ਇਹ ਦੱਸੋ ਤੁਹਾਨੂੰ ਇਹ ਚਾਅ ਕਿਵੇਂ ਚੜਿਆ? ਬਾਬਾ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕੁਝ ਨਵਾਂ ਕਰਾਂ। ਸਿੱਖ ਧਰਮ ਨਾਲ ਸੰਬੰਧ ਹੋਣ ਕਰਕੇ ਮਨ ਵਿੱਚ ਸੀ, ਸਿੱਖ ਧਰਮ ਦੀਆਂ ਇੰਨੀਆਂ ਕੁਰਬਾਨੀਆਂ ਹੋਈਆਂ ਹੁਣ ਤਾਂ ਕੋਈ ਜਾਣਦਾ ਨਹੀਂ। ਕੇਸ ਕਟਾ ਕੇ ਬੱਚੇ ਨਸ਼ਿਆਂ ਵੱਲ ਤੁਰਦੇ ਜਾ ਰਹੇ ਨੇ, ਤਾਂ ਜੋ ਕੋਈ ਐਸਾ ਕੰਮ ਕਰਿਆ ਜਾਏ ਕਿ ਬੱਚੇ ਸਹੀ ਰਸਤੇ 'ਤੇ ਆ ਸਕਣ। ਵੀਰ ਜੀ ਇਹ ਪ੍ਰੋਜੈਕਟ ਮਹਿੰਗਾ ਹੋਣ ਕਰਕੇ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਮੇਰੀ ਇਹ ਤਮੰਨਾ ਹੈ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਬੈਕਸ ਮਿਊਜ਼ੀਅਮ ਹੈ, ਉਸੇ ਤਰ੍ਹਾਂ ਦਾ ਮਿਊਜ਼ੀਅਮ ਬਣਾ ਕੇ ਉਸ ਵਿੱਚ ਸਿੱਖ ਮਾਡਲ ਰੱਖੇ ਜਾਣ। ਮੇਰੀ ਸੰਗਤ ਅੱਗੇ ਹੱਥ ਜੋੜ ਕੇ ਅਪੀਲ ਹੈ ਕਿ ਸਾਡੀ ਵੱਧ ਤੋਂ ਵੱਧ ਮਾਲੀ ਮਦਦ ਕਰੋ, ਤਾਂ ਜੋ ਅਸੀਂ ਇਸ ਮਿਊਜ਼ੀਅਮ ਨੂੰ ਹੋਰ ਅੱਗੇ ਵਧਾ ਸਕੀਏ। ਆਨੰਦ ਆਇਆ ਤੁਹਾਨੂੰ ਇਤਿਹਾਸ ਸੁਣ ਕੇ? ਇਹ ਹੈ ਸਿੱਖੀ। ਬਾਬਾ ਜੀ ਮੈਂ ਵੀ ਅੰਮ੍ਰਿਤ ਛਕ। ਮੇਰੇ ਪੁੱਤਰ ਨੇ ਵੀ ਅੰਮ੍ਰਿਤ ਛਕਣਾ ਸੀ। ਸ਼ਾਬਾਸ਼, ਆ ਜਾ ਫਿਰ।